ਸਾਰੀਆਂ ਸਦੀ ਦੇ ਇਤਿਹਾਸ ਵਿੱਚ ਅਮਰ ਸ਼ਾਹ ਅਬਦਾਲੀ ਦਾ ਖਾਸ ਸਥਾਨ ਹੈ। ਉਸਨੇ ਪੰਜਾਬ ਦੇ 11 ਹਮਲੇ ਕੀਤੇ ਸਨ, ਜਿਹਨਾਂ ਦਾ ਵੇਰਵਾ ਸਿੱਖ ਰਾਜ ਕਿਵੇਂ ਬਣਿਆ ਪੁਸਤਕ ਵਿੱਚ ਦਿੱਤੇ ਆਏ। 1739 ਈਸਵੀ ਨੂੰ ਨਾਦਰ ਨੇ ਹਮਲਾ ਕੀਤਾ ਅਤੇ ਮੁਗਲ ਰਾਜ ਦੀਆਂ ਜੜ੍ਹਾਂ ਤੱਕ ਹਲਾ ਦਿੱਤਾ ਗਿਆ। ਮਗਰ ਕੁਛ ਸਮੇਂ ਬਾਅਦ ਨਾਦਰ ਆਪਣੇ ਆਦਮੀਆਂ ਦੇ ਕਤਲ ਹੋ ਗਿਆ। ਅਮਰ ਸ਼ਾਹ ਅਬਦਾਲੀ ਨੇ ਬਾਦਸ਼ਾਹੀ ਮੰਨ ਲਈ। ਸੋ ਪਹਿਲਾ ਹਮਲਾ ਅਮਰ ਸ਼ਾਹ ਅਬਦਾਲੀ ਨੇ ਮਾਨੂਪੁਰ ਤੇ ਕੀਤਾ, ਜਿੱਥੇ ਲੜਾਈ ਵਿੱਚ ਪੂਰੀ ਤਰ੍ਹਾਂ ਮੀਰ ਮਨੂ ਤੋਂ ਹਾਰ ਕੇ ਗਏ। ਪਰ ਤੀਸਰੇ ਹਮਲੇ ਵਿੱਚ ਮੀਰ ਮਨੂ ਜਦਕਿ ਪੰਜਾਬ ਦਾ ਗਵਰਨਰ ਸੀ, ਉਸਨੂੰ ਸ਼ਕਸਤ ਦੇ ਕੇ ਉਹ ਪੰਜਾਬ ਦਾ ਮਾਲਕ ਆਪ ਬਣ ਗਏ। ਮੀਰ ਮਨੂ ਉਸਦੇ ਮਾਤਹਿਤ ਹੋ ਗਏ। ਮੀਰ ਮਨੂ ਦੇ ਮਰਨ ਦੇ ਬਾਅਦ ਉਹਦੀ ਬੇਗਮ ਨੇ ਅਮਰ ਸ਼ਾਹ ਅਬਦਾਲੀ ਨੂੰ ਬੁਲਾਇਆ। ਹੁਣ ਇੰਨੇ ਸਮੇਂ ਵਿੱਚ ਸਿੱਖਾਂ ਦਾ ਕੀ ਰੋਲ ਹੈ? ਨਾਦਰ ਆਇਆ, ਬੜੀ ਗਿਣਤੀ ਥੋੜ੍ਹੀ ਹੈ, ਜੰਗਲਾਂ ਵਿੱਚ ਰਹਿੰਦੇ ਨੇ ਸਿੱਖ, ਮਗਰ ਮੁਰਦੀ ਫੌਜ ਉਹਨਾਂ ਨੇ ਦਿਲ ਖੋਲ੍ਹ ਕੇ ਲੁੱਟੀ। ਅਬਦਾਲੀ ਵੀ ਜਿੰਨੀ ਵਾਰ ਆਇਆ ਹੈ ਉਹਨਾਂ ਸੁੱਕਾ ਨਹੀਂ ਜਾਣ ਦਿੱਤਾ, ਆਪਣਾ ਹਿੱਸਾ ਨਾਲ ਵੰਡਾਉਂਦੇ ਰਹੇ। ਖਾਸ ਕਰਕੇ ਜੋ ਲੜਕੀਆਂ ਬੰਨ ਕੇ ਲਿਜਾਂਦਾ ਸੀ ਸਿੱਖ ਉਹਨਾਂ ਨੂੰ ਛੁਡਾਇਆ ਕਰਦੇ ਸਨ। ਅਤੇ ਚੌਥੇ ਹਮਲੇ ਵਿੱਚ ਅਬਦਾਲੀ ਇੰਨਾ ਪਰੇਸ਼ਾਨ ਹੋਇਆ ਕਿ ਜਾਂਦਾ ਹੋਇਆ ਆਪਣੇ ਪੁੱਤਰ ਸ਼ਹਿਜ਼ਾਦਾ ਟੈਗੋਰ ਨੂੰ ਲਾਹੌਰ ਦਾ ਗਵਰਨਰ ਬਣਾ ਗਿਆ ਔਰ ਆਪਣੇ ਤਜਰਬਾਕਾਰ ਜਰਨੈਲ ਜਹਾਨ ਖਾਨ ਨੂੰ ਉਹਦੇ ਮਾਤਹਿਤ ਉਹਦਾ ਸੈਨਾਪਤੀ ਬਣਾ ਗਿਆ। 10,000 ਅਫਗਾਨੀ ਫੌਜ ਛੱਡੀ ਅਤੇ ਨਾਲ ਹੁਕਮ ਦਿੱਤਾ ਹੈ ਕਿ ਸਿੱਖਾਂ ਨੂੰ ਸਦਾ ਵਾਸਤੇ ਦਬਾ ਦਿੱਤਾ ਜਾਵੇ। ਇਲਾਕੇ ਦੀ ਫੌਜ ਇਕੱਠੀ ਕਰਕੇ ਲਗਭਗ 40,000 ਦੇ ਕਰੀਬ ਪਿਆ ਹੈ ਜਹਾਨ ਖਾਨ ਅੰਮ੍ਰਿਤਸਰ ਉੱਤੇ। ਬਾਬਾ ਗੁਰਬਖਸ਼ ਸਿੰਘ ਜੀ ਪਿੰਡ ਲੀਹ ਦੇ ਰਹਿਣ ਵਾਲੇ ਕੇਵਲ 30 ਸਿਪਾਹੀਆਂ ਸਣੇ ਉਹਦਾ ਟਾਕਰਾ ਕਰਕੇ ਸ਼ਹੀਦ ਹੋ ਗਏ। ਉਹਨਾਂ ਸ਼ਹਾਦਤ ਦੇ ਬਾਅਦ ਜਹਾਨ ਖਾਨ ਨੇ ਅੰਮ੍ਰਿਤਸਰ 'ਤੇ ਕਬਜ਼ਾ ਕਰ ਲਿਆ। ਸਰੋਵਰ ਦਾ ਵੀ ਕੁਝ ਹਿੱਸਾ ਪੂਰ ਦਿੱਤਾ ਗਿਆ। ਉਸ ਵੇਲੇ ਸ਼ਹੀਦਾਂ ਦੇ ਮਿਸਲਦਾਰ ਬਾਬਾ ਦੀਪ ਸਿੰਘ ਜੀਓ ਦਮਦਮਾ ਸਾਹਿਬ ਹਨ, ਉਹਨਾਂ ਦਾ ਸਦਰ ਮੁਕਾਮ ਹੋਈ, ਆਪਣੀ ਮਿਸਲ ਸਣੇ ਉੱਥੇ ਬੈਠੇ ਹਨ। ਬੜੇ ਭਜਨੀਕ ਔਰ ਸੰਤ ਔਰ ਸਿਪਾਹੀ ਸੰਤ ਪੁਣਾ ਉਹਨਾਂ ਦੇ ਇੱਥੋਂ ਤੱਕ ਸਮਝ ਲਵੋ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ 4 ਬੀੜਾਂ ਆਪਣੇ ਹੱਥੀਂ ਲਿਖੀਆਂ ਅਤੇ ਸਿਪਾਹੀ ਅਜੇ ਹਨ ਹਰ ਮੈਦਾਨ ਵਿੱਚ ਸਭ ਤੋਂ ਅੱਗੇ ਹੋ ਕੇ ਲੜਿਆ ਕਰਦੇ ਸਨ। ਗੁਰੂ ਗੋਬਿੰਦ ਸਿੰਘ ਦੀਆਂ ਲੜਾਈਆਂ ਵਿੱਚ, ਬਾਬਾ ਬੰਦਾ ਸਿੰਘ ਦੀਆਂ ਲੜਾਈਆਂ ਵਿੱਚ ਮੋਹਰੀ ਜਥਾ ਉਹਨਾਂ ਦਾ ਹੋਇਆ ਕਰਦਾ ਸੀ। ਇਸ ਵਾਸਤੇ ਸਿੱਖਾਂ ਵਿੱਚ ਉਹਨਾਂ ਦਾ ਨਾਮ ਸ਼ਹੀਦੀ ਜਥਾ ਪੈ ਗਿਆ। ਸੋ ਚੱਲਿਆ ਹੈ ਕੋਈ ਦਰਦਵਾਲਾ ਅੰਮ੍ਰਿਤਸਰ ਤੋਂ ਦਮਦਮਾ ਸਾਹਿਬ ਪਹੁੰਚਿਆ, ਜਿੱਥੇ ਬਾਬਾ ਦੀਪ ਸਿੰਘ ਜੀ ਬੈਠੇ ਦੀਵਾਨ ਸਜਿਆ ਹੋਇਆ ਕੀਰਤਨ ਸੁਣ ਰਹੇ ਹਨ। ਖਲੋ ਕੇ ਬਾਬਾ ਜੀ ਦੇ ਸਾਹਮਣੇ ਅੰਮ੍ਰਿਤਸਰ ਦੀ ਦੁੱਖ ਭਰੀ ਕਹਾਣੀ ਉਹ ਸੇਵਕ ਕਿਉਂ ਕਹਿ ਰਿਹਾ ਬਈ? Thank you.
ਸਿੰਘ ਦੀ ਬੇਨਤੀ ਸੁਣ ਕੇ ਜਿਉਂਦੇ ਜੀ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰ ਸਕਿਆ ਕਰਦਾ। ਤਾਂ ਬਾਬਾ ਦੀਪ ਸਿੰਘ ਵਰਗਾ ਯੋਧਾ ਜੋ ਸਾਰਾ ਅਕੇਲੇ ਰਾਈ ਆਣ ਕੇ ਲੜਦਾ ਸੀ, ਜਿਸ ਨੂੰ ਮਰਨ ਤੋਂ ਪਹਿਲੇ ਨਹੀਂ ਸੀ, ਉਹ ਕਿਵੇਂ ਬਰਦਾਸ਼ਤ ਕਰ ਦਿੰਦਾ? ਜੋਸ਼ ਵਿੱਚ ਆ ਗਿਆ, ਅੱਖਾਂ ਲਾਲ ਹੋ ਗਈਆਂ, ਮੱਥੇ 'ਤੇ ਚੌੜੀ ਪੈ ਗਈ, ਤੋਕੇ ਖੰਡਾ ਖਲੋ ਕੇ ਸੰਗੇ ਸਾਹਮਣੇ ਵੰਗਾਰ ਕੀ ਇਉਂ ਕਹਿੰਦਾ।
ਸਾਹਿਬ ਜੀ ਦੀ ਬੈਰਵੀ ਕੀਤੀ ਹੈ। ਖਬਰ ਜਰਨੈਲ ਬੁੱਢਾ ਸਿੰਘ ਤੱਕ ਪਹੁੰਚੀ ਤੇ ਜਹਾਨ ਖਾਨ ਨੇ ਬੈਰਵੀ ਕੀਤੀ ਹੈ। ਖਬਰ ਬਾਬਾ ਦੀਪ ਸਿੰਘ ਜੀ ਪਾਸ ਪਹੁੰਚੀ ਤਾਂ ਬੁੱਢਾ ਸਿੰਘ ਜਰਨੈਲ ਹੁਕਮ ਦਿੰਦਾ ਹੈ ਕੋਈ ਸੁਰਮਾ ਉੱਠੇ ਜੋ ਜਾ ਕੇ ਮੱਸੇ ਦਾ ਅਸਰ ਲਿਆ ਆਵੇ। ਤੇ ਬਾਬਾ ਦੀਪ ਸਿੰਘ ਕਹਿ ਰਹੇ ਹਨ ਕਿ ਮੈਂ ਚੱਲਿਆ ਸ਼ਹੀਦੀ ਪ੍ਰਾਪਤ ਕਰਨ ਵਾਸਤੇ, ਆਪ ਉਸਨੇ ਮੇਰੇ ਨਾਲ ਚੱਲਣ। ਇਹਦਾ ਕਾਰਨ ਕੀ? ਦੋਵੇਂ ਥੰਮ ਹਨ ਸਿੱਖੀ ਦੇ, ਪੰਥ ਦੇ ਉਸਾਰੂ ਹਨ, ਪਰ ਦੋਵਾਂ 'ਚ ਥੋੜ੍ਹਾ ਜਿਹਾ ਫਰਕ ਹੈ ਵਿਚਾਰਧਾਰਾ ਦਾ। ਬੁੱਢਾ ਸਿੰਘ ਜਰਨੈਲ ਦੇ ਸਾਹਮਣੇ ਪ੍ਰਮੁੱਖ ਹੈ ਰਾਜਨੀਤੀ ਧਰਮ ਦੀ ਸਹਾਇਤਾ ਵਾਸਤੇ, ਪਰ ਬਾਬਾ ਦੀਪ ਸਿੰਘ ਜੀ ਦੇ ਮਨ ਵਿੱਚ ਸ਼ਰਧਾ ਹੈ, ਤਸੱਲੀ ਹੈ, ਮਰਨ ਹਾਰ ਇਹਦੀਆਰਾ ਨਹੀਂ। ਇੱਥੇ ਧਰਮ ਪ੍ਰਮੁੱਖ ਹੈ, ਰਾਜਨੀਤੀ ਉਸਦੇ ਬਾਅਦ। ਕਿ ਆਓ ਸਿੰਘ, ਮੈਂ ਚੱਲਿਆ ਹਾਂ, ਕਿਸਨੇ ਮੇਰੇ ਨਾਲ ਚੱਲਣਾ ਸ਼ਹੀਦ ਹੋਣ ਵਾਸਤੇ, ਤਿਆਰ ਹੋ ਜਾਓ। ਪਰ ਇਹ ਨਹੀਂ ਕਿਹਾ ਕਿ ਜਿਹੜਾ ਮੇਰਾ ਸਾਥ ਨਹੀਂ ਦੇਵੇਗਾ ਮੈਂ ਉਸਨੂੰ ਛੇਕ ਦਿਆਂਗਾ ਕਿ ਨਿਰਾਦਰ ਕਰਾਂਗਾ। ਨਹੀਂ, ਮੈਂ ਜਾ ਰਿਹਾ ਹਾਂ, ਜਿਹੜਾ ਨਹੀਂ ਜਾ ਸਕਦਾ ਫਿਰ ਤਿਆਰ ਹੋਵੇ ਆਉਣ ਵਾਲੇ ਸਮੇਂ ਨਾਲ ਟੱਕਰ ਲੈਣ ਵਾਸਤੇ। ਤੋ ਦਮਦਮਾ ਸਾਹਿਬ ਦੀ ਮਹੰਤੀ ਤਿਆਗ ਦਿੱਤੀ, ਆਪਣਾ ਜੱਥਾ ਲੈ ਕੇ ਤੁਰ ਪਿਆ। ਸਹੀ ਸਹੀ ਮਾਲਵੇ ਦੇ ਪਿੰਡਾਂ ਵੀ ਚੱਲਦਾ ਚੱਲਦਾ ਬਾਬਾ ਦੀਪ ਸਿੰਘ ਫਿਰੋਜ਼ਪੁਰ ਦੇ ਪੱਤਣ ਤੋਂ ਦਰਿਆ ਪਾਰ ਕੀਤਾ, ਖੇਮ ਕਰਨਾ ਡੇਰਾ ਲਾਇਆ। ਉਹਨਾਂ ਦਾ ਨਿਸ਼ਾਨਾ ਸੀ ਕਿ ਮਾਝੇ ਦੇ ਸਿੱਖਾਂ ਨੂੰ ਵੀ ਨਾਲ ਲਿਆ ਜਾਏ। ਸੋ ਥਾਂ ਥਾਂ ਪਿੰਡਾਂ ਵਿੱਚ ਉਹਦੇ ਸਿੰਘ ਪਹੁੰਚ ਗਏ ਹਨ। ਅਤੇ ਸਹੀ ਸਹੀ ਚੱਲਦਾ ਚੱਲਦਾ ਬਾਬਾ ਦੀਪ ਸਿੰਘ ਤਰਨ ਤਾਰਨ ਨਾਲ ਪਹੁੰਚੇ। ਖੇਮ ਕਰਨ ਤੱਕ ਪਹੁੰਚਦਿਆਂ 5,000 ਫੌਜ ਉਹਦੇ ਨਾਲ ਹੋ ਗਈ ਸੀ, ਪਰ ਤਰਨ ਤਾਰਨ ਪਹੁੰਚ ਕੇ ਖਬਰਾਂ ਪਹੁੰਚ ਗਈਆਂ ਬਾਬਾ ਜੀ ਅੱਗੇ ਜਹਾਨ ਖਾਨ ਕੋਟਵਰ ਦੇ ਕੋਲ 40,000 ਫੌਜ ਲੈ ਕੇ ਤੁਹਾਡਾ ਰਸਤਾ ਰੋਕੀ ਖਲੋਤਾ ਹੈ, ਮੋਰਚੇ ਮਲ ਕੇ ਬੈਠਾ। ਇਸ ਵੇਲੇ ਤੱਕ ਬਾਬਾ ਜੀ ਦੇ ਨਾਲ 10,000 ਸਿੰਘ ਇਕੱਠੇ ਹੋ ਗਏ। ਤਰਨ ਤਾਰਨ 5ਵੇਂ ਪਾਤਸ਼ਾਹ ਦੇ ਚਰਨਾਂ 'ਚ ਖਲੋ ਕੇ ਸਿਰ ਨਵਾ ਕੇ ਸ਼ਰਧਾ ਨਾਲ ਬਾਬਾ ਦੀਪ ਸਿੰਘ ਜੀ ਇੱਕ ਅਰਦਾਸ ਕਰ ਰਹੇ ਹਨ। ਬਾਈ ਸਿੰਘ ਦਾ ਗੁਰਦਾਰ ਦਾ ਗੁਰਦਾਰ
ਕਹਿੰਦਾ ਕਿ ਤੂੰ ਜਿਉਣਾ ਹੈ ਤੇ ਰਸਤੇ ਵਿੱਚ ਕੋਈ ਸ਼ਕਤੀ ਨਹੀਂ, ਸਰੂਪ ਦਾ ਪ੍ਰਣ ਹੈ, ਜਿਉਣ ਦਾ ਦਾਅਵਾ ਕੀਤਾ ਜਾ ਰਿਹਾ ਤਾਂ ਸ਼ਾਇਰਾਨਾ ਤਸਵਰ ਹੈ। ਬਹੁਤ ਘਬਰਾ ਉੱਠੀ, ਸੋਚਦੀ ਅੱਜ ਤੱਕ ਮੇਰੇ ਸਾਹਮਣੇ ਕੋਈ ਅੜਿਆ ਨਹੀਂ, ਮਗਰ ਇਹ ਮੇਰੇ ਨਾਲ ਸ਼ਰਤ ਲਗਾ ਰਿਹਾ ਹੈ ਕਿ ਮਰਨਾ ਹੈ ਅੰਮ੍ਰਿਤਸਰ ਜਾ ਕੇ, ਮੈਂ ਇਸ ਨੂੰ ਪਹੁੰਚਣ ਨਹੀਂ ਦੇਵਾਂਗੀ। ਜੇ ਆਪਣੇ ਪ੍ਰਣ ਪੂਰਾ ਉਤਰ ਗਿਆ ਮੇਰਾ ਪੈ ਉੱਠ ਜਾਵੇਗਾ। ਸੋ ਇੱਕ ਪਾਸੇ ਮੌਤ ਦਾਅਵੇ ਦੇ ਰਹੀ ਹੈ ਮੈਂ ਪ੍ਰਣ ਪਹੁੰਚਣ ਨਹੀਂ ਦਿਆਂਗਾ, ਤੋੜ ਨਹੀਂ ਬਣ ਦਿਆਂਗੀ, ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭਰੋਸਾ ਰੱਖਣ ਵਾਲਾ ਬਾਬਾ ਦੀਪ ਸਿੰਘ ਜਿਸ ਨੂੰ ਇਹ ਯਕੀਨ ਹੈ ਪ੍ਰਭ ਆਵੇ ਬਿਨ ਸਾਹ ਤੇ ਰਾਖੇ, ਉਹ ਦਾਅਵਾ ਕਰ ਰਿਹਾ ਹੈ ਮੈਂ ਆਪਣੀ ਮੰਜ਼ਿਲ ਤੇ ਪਹੁੰਚਾਂਗਾ। ਸੋ ਮੌਤ ਔਰ ਬਾਬਾ ਦੀਪ ਸਿੰਘ ਆਹਮੋ ਸਾਹਮਣਾ ਸਵਾਲ ਜਵਾਬ ਕਰ ਰਹੇ ਨੇ। ਹੁਣ ਕੇ ਗੱਲ ਸੰਗਤੀ ਬੋਲੀ ਮੌਤ ਵੰਗਾਰ ਕੇ ਉੱਠਿਆ ਤੂੰ ਨਵਾਂ ਸੂਰਮਾ ਤੇਗ ਸੁਮਾਰ ਕੇ ਰੋਲਾਂਗੀ ਪ੍ਰਣ ਮੈਂ ਤੇਰੇ ਰਾਧੇ ਵਿੱਚ ਮਾਰ ਕੇ ਆਟਾ ਕੋਈ ਗਿਆਨ ਸਿੰਘ ਮੈਨੂੰ ਲਲਕਾਰ ਕੇ ਨਾ ਬਣ ਤੂੰ ਦਾਈਏ ਕੂੜ ਦੇ ਤੁਰ ਜਾਏਗਾ ਹਾਰ ਕੇ ਨਾ ਬਣ ਤੂੰ ਦਾਈਏ ਖਾਲਸਾ। ਦੀਪ ਸਿੰਘ ਬੋਲੇ ਅੱਗੋਂ ਗੁੱਸੇ ਵਿੱਚ ਆਣ ਕੇ ਲਾਉਣੀ ਹੈ ਮੱਥਾ ਕਾਨੂੰ ਸਿੰਘਾਂ ਨਾਲ ਜਾਣ ਕੇ ਸਕਦਾ ਨੀ ਰੋਗ ਧਰਮ ਰਾ ਆਪ ਵੀ ਆਣ ਕੇ ਸਿੰਘ ਦੇ ਹੋਏ ਸਤਿਗੁਰ ਇਸ ਨੂੰ ਕੌਣ ਦਬਾਵੇਗਾ ਸਿੰਘ ਦਾ ਅਰਦਾਸਾ ਕੀਤਾ ਤੋੜ ਨਿਭ ਜਾਏਗਾ ਹਾਂ ਕੀਤੇ ਪਰ ਤੋੜ ਨਿਭੜ ਗਏ ਨਾ ਛੱਡਿਆ ਅੱਜ ਤੱਕ ਤੀਰ ਅਵਤਾਰ ਮੈਂ ਭੀਸ਼ਮ ਤੇ ਕਰਨ ਦਰੋਣ ਗਏ ਸਾਜੇ ਦੇ ਮਾਰ ਮੈਂ ਰਾਵਣ ਤੇ ਮੇਘਨਾਥ ਗਏ ਕੀਤੇ ਸਭ ਚਾਰ ਮੈਂ ਪਾਂਡੋ ਜੋ ਵੱਡੇ ਸੂਰਮੇ ਦੁਰਗੇ ਤਾਂ ਮਾਰ ਕੇ ਨਾ ਬਣ ਤੂੰ ਦਾਈਏ ਕੂੜ ਦੇ ਤੁਰਜੇਗਾ ਹਾਰ ਕੇ ਨਾ ਬਣ ਤੂੰ ਦਾਈਏ ਖਾਲਸਾ। ਰੱਖੇਗਾ ਸੀਸ ਨਾ ਦੇ ਪਹਿਲਾ ਤਲਵਾਰ ਤੇ ਖੇਡਣ ਜੋ ਹਾਰ ਸਰਾਈ ਖੰਡੇ ਦੀ ਧਾਰ ਤੇ ਸੌ ਸੌ ਸਿਰ ਲਾਵਣ ਜਿਹੜੇ ਇੱਕੇ ਇੱਕ ਵਾਰ ਤੇ ਆਵੇ ਜੇ ਕਾਲ ਸਾਹਮਣੇ ਅਰਨਾ ਨਾ ਪਾਵੇਗਾ ਸਿੰਘ ਦਾ ਅਰਦਾਸਾ ਕੀਤਾ ਤੋੜ ਨਿਭ ਜਾਏਗਾ ਹਾਂ ਕੀਤੇ ਪਰ ਤੋੜ ਨਿਭੜ ਗਏ ਅਰਜਨ ਭੀਮ ਨੇ ਛੱਡੇ ਧਾਰਾ ਬੈ ਰਾਮ ਨਾ ਕਿਤੇ ਗੁਮ ਕਰਨ ਜਰਾ ਸੁਦੇ ਲੈਂਦਾ ਕੋਈ ਨਾਮ ਨਾ ਕਿਹੜਾ ਜਿਸ ਬੀਤਾ ਹੈ ਅੱਜ ਤੱਕ ਮੌਤ ਦਾ ਸ਼ਾਮ ਨਾ ਜਮਿਆ ਜੋ ਜਗ ਵਿੱਚ ਸਭ ਨੂੰ ਖਾਣਾ ਮੈਂ ਮਾਰ ਕੇ ਰਾਮਨ ਤੂੰ ਦਾਈਏ ਕੂੜ ਦੇ ਤੁਰ ਜਾਏਗਾ ਹਾਰ ਕੇ ਰਾਮਨ ਤੂੰ ਦਾਈਏ ਖਾਲਸਾ। ਉਹ ਪੜਿਆ ਵੀਰ ਦੀਪ ਸਿੰਘ ਬੋਲਿਆ ਭਬਕਾਏ ਕੇ ਸੁਣ ਲੈ ਸਭ ਦੁਨੀਆ ਅੱਖਾਂ ਖੰਡਾ ਲਿਸ਼ਕਾਏ ਕੇ ਧਰਨਾ ਮੈਂ ਸੀ ਚੜਾਵਾ ਅੰਮ੍ਰਿਤਸਰ ਜਾਏ ਕੇ ਸੀਗਲੇ ਵਾ ਧਰਮ ਦੀ ਸਾਰਾ ਜਗ ਆਵੇਗਾ ਸਿੰਘ ਦਾ ਅਰਦਾਸਾ ਕੀਤਾ ਤੋੜ ਨਿਭ ਜਾਏਗਾ ਹਾਂ ਕੀਤੇ ਪਰ ਤੋੜ ਨਿਭੜ ਗਏ। ਪੂਰੇ ਸਿੱਖ ਨਾਲ ਅਰਦਾਸ ਕਰਕੇ 11 ਨਵੰਬਰ 1757 ਈਸਵੀ ਨੂੰ ਬਾਬਾ ਦੀਪ ਸਿੰਘ ਜੀ ਨੇ ਮਾਲਕੀ ਨਗਾਰਿਆਂ ਚੋਰ ਤਰਨ ਤਾਰਨ ਤੋਂ ਚੜ੍ਹਾਈ ਕਰ ਦਿੱਤੀ। ਅਰਦੇ ਉਹ ਚੜ੍ਹਿਆ ਬੀਰੀ ਅਕਾਲੀ ਚੋਟਾਂ ਮਾਰ ਕੇ ਉਸ ਡਾਕ ਤੇ ਲਟਕਾ ਲਈ ਭੈਣ ਕੋ ਜੰਗ ਦੀ ਉਸ ਮੋਢੇ ਤਰੀ ਦੁਲਾਰੀ ਪੁੱਤਰੀ ਕਾਲ ਦੀ ਉਸ ਸੱਜੇ ਸਾਂਗ ਉਠਾ ਲਈ ਬਲ ਦੀ ਲਾੜ ਜੋ ਉਹਦੇ ਕਰਦੇ ਸਿਰ ਖਵਾਲੀ ਚੱਕਰ ਸਿਰ ਦੇ ਉਹਦੇ ਮੱਥੇ ਡਲਕੇ ਲਾਲੀ ਸਵਾਈ ਸੋਰ ਜੋ ਉਹਦੇ ਨੇਤਰ ਦੇਣ ਦੇ ਖਾਲੀ ਤਾਰੇ ਡਲਕਦੇ ਉਹ ਤੱਕੇ ਚੱਟ ਨਿਰਾਲੀ ਚੁੱਕਿਆ ਕਾਲ ਦੀ ਉਹ ਪਾਸੇ ਰਮਨ ਉਹ ਪਾਸੇ ਰਹਿੰਦਾ ਵਾਲੀ ਯੋਧਾ ਦੇਵਤਾ ਉਹਦੇ ਦਰ ਤੇ ਖੜੀ ਸਵਾਲੀ ਜਾਪੇ ਮੌਤ ਵੀ ਮਾਨੋ ਮੌਤ ਵੀ ਤੇ ਖਾਰਨ ਬਣ ਕੇ ਸਿੰਘ ਦੇ ਬੂਹੇ ਤੇ ਚੋਲੀ ਅੜ ਕੇ ਖਲੋਤੀ ਤੇ ਮੰਤਾ ਦਾ ਰੱਬ ਬਣ ਜਾਏ ਉਹਦੀ ਵੀ ਕੀਮਤ ਘੱਟ ਜਾਂਦੀ ਹੈ ਮੌਤ ਦੀ ਕੀਮਤ ਕਿੱਥੇ ਰਹਿ ਜਾਏਗੀ। ਰਹੀਮ ਮੁਸਲਮਾਨ ਹੈ ਮਰ ਹਿੰਦੀ ਦਾ ਮਹਾਨ ਕਵੀ ਉਸਨੇ ਵੀ ਦੋਹਾ ਬੜਾ ਸੁੰਦਰ ਕਿਹਾ ਕਹਿੰਦਾ ਰਹਿਮਨ ਜਾਤਕਤਾ ਗਹਿ ਜਾਤਕਤਾ ਮੰਗਣ ਦਾ ਕੰਮ ਰਹਿਮਨ ਜਾਤਕਤਾ ਗਹਿ ਬੜੇ ਛੋਟ ਹੈ ਜਾਤ ਨਾਰਾਇਣ ਹੂੰ ਕੋ ਭਯੋ ਬਾਵਨ ਆਂਗਰਗਾ
ਪੁਰਾਣੀ ਕਥਾ ਹੈ ਰਾਜਾ ਬਲ ਨੂੰ ਛੱਡਣ ਵਾਸਤੇ ਭਗਵਾਨ ਬਾਣਾ ਰੂਪ ਅਵਤਾਰ ਕੇ ਪੰਡਿਤ ਆਇਆ, ਮਤਲਬ ਉਹਦੀ ਕੀਮਤ ਵੀ ਘੱਟ ਗਈ ਹੈ। ਕਿਤੇ ਭਗਵਾਨ ਪ੍ਰਿਥੀ ਦੇ ਰਚਨਹਾਰਾ, ਕਿਤੇ ਇੱਕ ਪਗ ਦੇ ਸਾਹਮਣੇ ਭਿਖਾਰੀ ਬਣ ਕੇ ਖਲੋਤਾ, ਤਾਂ ਮੌਤ ਦੇ ਸਾਹਮਣੇ ਭਿਖਾਰਨ ਬਣ ਕੇ ਆਈ ਹੈ, ਉਸ ਨੂੰ ਪੈ ਕਿਸ ਗੱਲ ਦਾ ਹੋਏ। ਹੁਣ ਵਿਚਾਰਨ ਵਾਲੀ ਚੀਜ਼ ਹੈ ਕਿ ਰਸਤੇ ਵਿੱਚ ਮੋਰਚੇ ਮੱਲੀ ਬੈਠਾ ਦੁਸ਼ਮਣ, ਗਿਣਤੀ ਆਪਣੇ ਨਾਲੋਂ 10-4 ਗੁਣਾ ਜ਼ਿਆਦਾ ਹੈ। ਮਰਸਿੰਘਾਂ ਦੀ ਦਲੇਰੀ, ਮਾਰਕੀਟ ਦਾ ਚੋਰ ਦੁਸ਼ਮਣ ਦੇ ਸਾਹਮਣੇ ਪਹੁੰਚ ਕੇ ਇਹ ਕਹਿਰ ਦਾ ਧਾਵਾ ਬੋਲ ਦਿੰਦਾ ਬਾਬਾ ਦੀਪ ਸਿੰਘ ਕਿਵੇਂ ਬਾਈ? ਜੱਸਾ
Thank you.
ਨਾਲ ਖਾਨ ਬੜਾ ਨਾਮਰ ਯੋਧਾ ਸੀ ਔਰ ਦਰਮਿਆਨੇ ਮੋਰਚੇ ਤੇ ਸੀ। ਜਿਸ ਵੇਲੇ ਉਹ ਮਾਰਿਆ ਗਿਆ ਉਹਦੀ ਫੌਜ ਫਿਰ ਛੱਡ ਕੇ ਨਸ ਉੱਠੀ। ਅੱਗੇ ਵੱਧ ਕੇ ਸਰਦਾਰ ਦਿਆਲ ਸਿੰਘ ਨੇ ਦੁਸ਼ਮਣ ਦੇ ਮੋਰਚਿਆਂ 'ਤੇ ਕਬਜ਼ਾ ਕਰ ਲਏ। ਇਹ ਪਹਿਲੀ ਜਿੱਤ ਹੈ ਇਸ ਵੇਲੇ ਆਈ ਸ਼ੇਰ ਖਾਨ ਵਿੱਚ। ਦੂਜੇ ਪਾਸੇ ਜ਼ਬਰਦਸਤ ਖਾਨ ਖਲੋਤਾ ਹੈ, ਉਹ ਬੜੀ ਤੇਜ਼ੀ ਨਾਲ ਅੱਗੇ ਵਧਿਆ ਇਸ ਖਿਆਲ ਨਾਲ ਕਿ ਦਿਆਲ ਸਿੰਘ ਨੂੰ ਘੇਰੇ ਵਿੱਚ ਲੈ ਲਿਆ ਜਾਏ। ਦੁੱਧ ਨੀ ਕੀ ਸਮਝ ਉਹਦਾ ਜੀ, ਜੋ ਦੁਸ਼ਮਣ ਦੇ ਘੇਰੇ ਵਿੱਚ ਆ ਜਾਏ ਉਹਦਾ ਜਿਉਂਦਿਆਂ ਬਚ ਕੇ ਨਿਕਲਣਾ ਬੜਾ ਮੁਸ਼ਕਲ ਹੋਇਆ ਕਰਦਾ। ਅਤੇ ਦਿਆਲ ਸਿੰਘ ਦੀ ਮਦਦ 'ਤੇ ਪਿੱਛੇ ਖਲੋਤਾ ਹੈ ਬਲਵੰਤ ਸਿੰਘ, ਅੱਗੇ ਵਧਿਆ ਕੋੜਾ ਛੇੜ ਕੇ ਬੰਗਾਲ 'ਤੇ ਕਹਿੰਦਾ ਜ਼ਬਰਦਸਤ ਖਾਨ ਦਿਆਲ ਸਿੰਘ ਵੱਲੇ ਵਧਣ ਦੀ ਥਾਂ ਪਹਿਲਾਂ ਮੇਰੇ ਨਾਲ ਤੂੰ ਹੱਥ ਕਰਦਾ ਆ ਜਾ, ਕਿਉਂਕਿ ਤੈਨੂੰ ਮੇਰਾ ਨਾਂ ਬੜਾ ਪਿਆਰਾ ਲੱਗਦਾ। ਤੂੰ ਜ਼ਬਰਦਸਤ ਖਾਨ, ਮੈਂ ਬਲਵੰਤ ਸਿੰਘ, ਹਾਨ ਨੂੰ ਹਾਨ ਪਿਆਰਾ, ਨਾਮ ਨੂੰ ਨਾਮ ਪਿਆਰਾ, ਸੋ ਆ ਮੇਰੇ ਨਾਲ ਦੋ ਹੱਥ ਕਰ ਲੈ ਬਾਈ, ਆਪਣਾ ਇਤਿਹਾਸ ਪੜ੍ਹੋ ਬਈ, ਜਿਹੜੇ ਇੱਥੇ ਲੁੱਟਣ ਆਉਂਦੇ ਰਹੇ ਉਹਨਾਂ ਦੇ ਨਾਂ ਵੀ ਪੜ੍ਹੋ, ਅਤੇ ਜਿਹੜੇ ਲੁੱਟੀ ਦੇ ਰਹੇ ਨੇ ਉਹਨਾਂ ਦਾ ਨਾਂ ਵੀ ਪੜ੍ਹੋ। ਇੱਕ ਪਾਸੇ ਲੁੱਟਣ ਵਾਲੇ ਜਹਾਨ ਖਾਨ, ਦਲੇਰ ਜੰਗ ਬੜੇ ਜ਼ਬਰਦਸਤ ਨਾਂ ਹਨ, ਘਬਰਾਹਟ ਪੈਦਾ ਕਰਦੇ ਨੇ, ਅਤੇ ਦੂਜੇ ਪਾਸੇ ਜਿਹੜੇ ਲੁੱਟੀ ਦੇ ਰਹਿੰਦੇ ਸਨ ਉਹਨਾਂ ਦੇ ਨਾਂ ਵੀ ਪੜ੍ਹੋ। ਸੁਣ ਕੇ ਖਾਲੀ ਇਹ ਛਾਤੀ ਹਿੱਲਣ ਲੱਗ ਪੈਂਦੀ। ਦੇਖੀ ਜੀ ਕਸੀਟਾ ਮਲ, ਗਰੀਬ ਦਾਸ, ਰੋਲੂ ਰਾਮ, ਛਟਾਕੀ ਸ਼ਾਹ, ਕਾਟੇ ਸ਼ਾਹ, ਰਿਓੜੀ ਰਾਮ, ਬਸ ਨਾਂ ਦਿਆਂ ਸਭ ਕੁਝ ਖਤਮ ਹੋ ਜਾਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਨੁੱਖ ਨੂੰ ਹਰ ਪੱਖੋਂ ਬਦਲੇ, ਉਹਦਾ ਨਾਮ ਬਦਲੇ, ਉਹਦਾ ਲਿਬਾਸ ਬਦਲੇ, ਉਹਦੀ ਰਹਿਣੀ ਬਦਲੀ ਹੈ, ਉਹਦਾ ਸੁਭਾਅ ਬਦਲਿਆ, ਸਦਾ ਮੌਤ ਨੂੰ ਗਲਵੱਕੜੀ ਪਾਉਣ ਵਾਲਾ ਇੱਕ ਯੋਧਾ ਪੈਦਾ ਕਰ ਦਿੱਤਾ। ਸੋ ਬਲਵੰਤ ਸਿੰਘ ਦੇ ਅੱਗੇ ਵਧਣ ਨਾਲ ਜ਼ਬਰਦਸਤ ਖਾਨ ਨੇ ਤੱਕਿਆ। ਬਲਵੰਤ ਸਿੰਘ ਚੱਕਰ ਦਾ ਬੜਾ ਖਿਡਾਰੀ ਸੀ, ਚੱਕਰ ਸਾਡੇ ਪੰਜਾਂ ਤੱਤਾਂ ਰਹਿਤਾਂ ਵਿੱਚ ਨਹੀਂ ਹੈ, ਸ਼ਸਤਰ ਹੈ। ਅਕਾਲੀ ਪੂਰਾ ਸਿੰਘ ਦਾ ਜ਼ਿਕਰ ਤੁਸੀਂ ਸੁਣਦੇ ਹੋ ਨਾ ਕਈ ਵਾਰ, ਬੜੇ ਖੁੱਲ੍ਹੇ 40 ਚੱਕਰ ਪਹਿਨਿਆ ਕਰਦਾ, ਉਂਗਲ 'ਤੇ ਚਾੜ ਕੇ ਚੱਕਰ, ਇਹਨਾਂ ਨਿਸ਼ਾਨੇ 'ਤੇ ਚਲਾਉਂਦੇ ਸਨ ਕਿ ਤੀਰ ਨਾਲੋਂ ਵੀ ਜ਼ਿਆਦਾ ਖਤਰਨਾਕ ਹੋਇਆ ਕਰਦਾ। ਬਲਵੰਤ ਸਿੰਘ ਚੱਕਰ ਦਾ ਬੜਾ ਖਿਡਾਰੀ ਹੈ, ਚਾੜਿਆ ਚੱਕਰ ਉਂਗਲ 'ਤੇ, ਗੇੜਾ ਦਿੱਤਾ ਅਤੇ ਦੁਸ਼ਮਣ ਇਉਂ ਚਲਾਇਆ। ਜਦ ਦੁਸ਼ਮਣ ਨਜ਼ਰੀਂ ਆਇਆ ਯੋਧਾ ਪੱਕਿਆ, ਉਸ ਉਂਗਲ ਚਾਲ ਕੋ ਆਇਆ ਤੱਕ ਫੌਲਾਦ ਦਾ, ਜੋ ਤਰੂ ਦੇ ਗਿਰਦ ਘੁਮਾਇਆ ਮੰਡਲ ਤਾਰਿਆ, ਉਸ ਤੱਕ ਪਤਾਲ ਕਮਾਇਆ ਧੌਲ ਤਰਬ ਗਿਆ, ਉਸ ਵੈਰੀ ਮਲ ਚਲਾਇਆ ਪੁੱਤ ਜਮਕਾਲ ਦਾ, ਮੇਰੇ ਖੰਭਾ ਬਾਜ ਉਡਾਇਆ ਪਿਆ ਸ਼ਿਕਾਰ ਦੇ, ਜੋ ਕ੍ਰਿਸ਼ਨ ਨੇ ਸੁਦਰਸ਼ਨ ਲਾਇਆ ਕਾਸ਼ਿਸ਼ ਪਾਲ ਦੇ, ਉਸ ਤੱਟੋ ਸੀਸ ਉਡਾਇਆ ਮਰ ਕੇ ਵਾਂਗਰਾਂ, ਜੋ ਗੁਜਰੀ ਤਈ ਉਡਾਇਆ ਡੁੱਲੀ ਮੇਜਿਓ, ਤੜ ਸੂਹੇ ਰੰਗ ਰੰਗਾਇਆ ਚੁੱਕਿਆ ਆਸਣ, ਜੋ ਕੇਸੂ ਟਾਂ ਨਵਾਇਆ ਫੁੱਲਾਂ ਲੱਦਿਆ, ਉਸਰ ਤਲਵਾਏ ਆਇਆ ਪਾਉਂਦਾ ਇਸ ਤਰ੍ਹਾਂ, ਜੋ ਧੋਬੀ ਛੰਡ ਵਗਾਇਆ ਥਾਨ ਹਲਵਾਨ ਦਾ। ਜ਼ਬਰਦਸਤ ਖਾਨ ਬਾਹਰੇ ਆ ਗਏ, ਧਰਤੀ 'ਤੇ ਆ ਪਿਆ ਸਿਰੇ, ਪਿੱਛੇ ਉਹਦਾ ਭਰਾ ਹੈ, ਉਹ ਬੜਾ ਸੂਰਮਾ ਹੈ। ਛੇ 'ਤੇ ਕੋੜਾ ਅੱਗੇ ਆਇਆ ਰੁਸਤਮ ਖਾਨ, ਕਹਿੰਦਾ ਦੇਖੋ ਬਲਵੰਤ ਸਿੰਘ, ਚੱਕਰਾਂ ਨਾਲ ਦੂਰੋਂ ਮਾਰਨਾ ਸੂਰਮਿਆਂ ਨੂੰ, ਦੇਖੋ ਬਹਾਦਰੀ ਨਹੀਂ, ਤੂੰ ਵੀ ਤੇਗ ਦਾ ਧਨੀ ਹੈ, ਮੈਂ ਵੀ ਤੇਗ ਦਾ ਧਨੀ ਹਾਂ, ਤੂੰ ਗੁਰੂ ਗੋਬਿੰਦ ਸਿੰਘ ਦਾ ਲਾਡ ਲੈ, ਮੈਂ ਅਲੀ ਦਾ ਪਿਆਰਾ ਹਾਂ, ਆਦਰਾ ਤਲਵਾਰ ਨਾਲ ਤੂੰ ਹੱਥ ਕਰਕੇ ਵੇਖ ਲੈ। ਤੂੰ ਛੇੜ ਕੇ ਕੋੜਾ ਪਹੁੰਚ ਕੇ ਮੈਦਾਨ ਵਿੱਚ ਵੰਗਾਰ ਕੇ ਦੋਵੇਂ ਸੂਰਮੇ ਆਹਮੋ ਸਾਹਮਣੇ ਇਉਂ ਪੇਸ਼ ਹੁੰਦੇ ਨੇ, ਕਿਵੇਂ ਬਈ
ਲੱਖਾਂ ਦੀ ਵਾਰ ਨਾਲ ਦੋਵੇਂ ਸ਼ਹੀਦ ਹੋ ਗਏ। ਸੰਸਾਰ ਦੇ ਦੂਸਰੇ ਯੁੱਧ ਵਿੱਚ ਸਾਰੀ ਦੁਨੀਆਂ ਦੇ ਲੋਕ ਲੜੇ ਹਨ। ਯੁੱਧ ਨੀਤੀ ਨੂੰ ਸਮਝਣ ਵਾਲੇ ਵਿਦਵਾਨਾਂ ਨੇ ਅਖੀਰ 'ਤੇ ਆਪਣੀ ਰਾਏ ਦਿੱਤੀ ਔਰ ਮੰਨਿਆ ਕਿ ਦੁਨੀਆਂ ਭਰ ਵਿੱਚ ਦੋ ਕੌਮਾਂ ਸਭ ਤੋਂ ਲੜਾਈ ਦੇ ਹੱਕ ਵਿੱਚ ਬਹਾਦਰ ਹਨ, ਇੱਕ ਅਫਗਾਨਿਸਤਾਨ ਦਾ ਪਠਾਨ ਅਤੇ ਇੱਕ ਪੰਜਾਬ ਦਾ ਸਿੱਖ। ਪਰ ਦੋਵਾਂ ਦੀ ਬਹਾਦਰੀ ਵੀ ਥੋੜ੍ਹਾ ਜਿਹਾ ਫਰਕ ਹੈ। ਅਫਗਾਨਿਸਤਾਨ ਦਾ ਪਠਾਨ ਹਾਰ ਜਾਂਦਾ, ਗੜ ਦੇ ਕੇ ਨਸ ਉੱਡਦਾ, ਮਗਰ ਪੰਜਾਬ ਦਾ ਸਿੱਖ ਹਾਰ ਜਾਏ ਮੈਦਾਨ ਵਿੱਚ ਪੁਰਜਾ ਪੁਰਜਾ ਉਹ ਘੱਟ ਮਰਿਆ ਕਰਦਾ। ਮੇਰਾ ਮਤਲਬ ਕਹਿਣ ਤੋਂ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਪਾਨ ਚੜੀ ਹੋਈ, ਅਜੇ ਆ ਬਹਾਦਰ ਬਣਾਤਾ ਸਿੱਖ ਨੂੰ, ਜਿਸਦਾ ਮੁਕਾਬਲਾ ਸੰਸਾਰ ਵਿੱਚ ਕੋਈ ਨਹੀਂ। ਰੁਸਤਮ ਖਾਨ ਮਾਰਿਆ ਗਿਆ, ਉਹਦੇ ਸਾਥੀ ਪਿੜ ਛੱਡ ਕੇ ਨਸ ਉੱਠੇ, ਬੇਹੌਸਲਾ ਹੋ ਗਏ। ਬਲਵੰਤ ਸਿੰਘ ਸ਼ਹੀਦ ਹੋ ਗਿਆ ਹੈ, ਉਹ ਵੀ ਚੋਟੀ ਦਾ ਜਰਨੈਲ ਹੈ ਸਿੱਖਾਂ ਵਿੱਚੋਂ। ਸਿੱਖਾਂ ਨੂੰ ਇੰਨਾ ਜੋਸ਼ ਆਇਆ ਹੈ ਕਿ ਅੰਦਰ ਖੂਨ ਉਬਲਿਆ ਹੈ। ਖਾਸ ਕਰਕੇ ਬਾਬਾ ਦੀਪ ਸਿੰਘ ਸਾਹਿਬ ਜੀ, ਉਹ ਟੂਕੇ ਖੰਡਾ ਮਗਾਰ ਮਾਰ ਕੇ ਨਗਾਰੇ ਦੇ ਚੋਰ, ਇੱਕ ਵੈਰੀ ਉੱਤੇ ਸ਼ੇਰ ਵਾਈ ਹੱਲਾ ਬੋਲ ਦਿੰਦੇ ਨੇ ਕਿਵੇਂ ਕੋਈ। Thank you.
ਡੰਡਾ ਹੈ ਯਾਕੂਬ ਖਾਨ ਸਿੰਘ ਸਾਹਮਣੇ ਆਇਆ, ਮਾਨੋ ਕੁੱਕੇ ਸ਼ੇਰ ਨੂੰ ਆਏ ਮਿਰਗ ਬੁਲਾਇਆ, ਸਿੰਘ ਤੂੰ ਮਿਆਂ ਨੂੰ ਕੱਢਿਆ ਖੰਡਾ ਲਿਸ਼ਕਾਇਆ, ਉਹ ਸੁੱਟਿਆ ਸਿਰ ਯਾਕੂਬ ਦੇ ਅਕਾਲ ਗਜਾਇਆ, ਉਹ ਗੇਲੀ ਵਾਂਗੂ ਚੀਰਦਾ ਧਰਤੀ ਤਕਜਾਇਆ, ਜੋ ਪੰਡਤਾ ਲੋਧੀ ਸੁਰਗ ਦਾ ਦਰਵਾਜ਼ ਚੜਾਇਆ, ਜਾਂ ਭੀਮ ਜਰਾਸਨ ਚੀਰ ਕੇ ਵੱਖ ਵੱਖ ਵਗਾਇਆ, ਜਾਂ ਬਿਗਲੀ ਗੁੰਬਜ ਪਾੜ ਕੇ ਦੋ ਪਾਸੇ ਢਾਇਆ। ਇਸ ਕਹਿ ਗਈ ਹੱਲੇ ਦੇ ਸਾਹਮਣੇ ਦੁਸ਼ਮਣ ਦੇ ਸਾਰੇ ਮੋਰਚੇ ਟੁੱਟ ਗਏ। ਮਸੀਰ ਕਹਿੰਦਾ ਸਾਡੀ ਫੌਜ ਦੋ ਸਿਆਂ 'ਚ ਵੰਡੇ ਗਏ। ਬਾਬਾ ਦੀਪ ਸਿੰਘ ਅੱਗੇ ਵੱਧਦੇ ਵੱਧਦੇ ਚਾਟੀ ਵਣ ਦੇ ਦਰਵਾਜ਼ੇ ਗੁਰਦੁਆਰਾ ਰਾਮਸਰ ਦੇ ਨੇੜੇ ਪਹੁੰਚ ਗਏ, ਜਿੱਥੇ ਅੱਜ ਕੱਲ੍ਹ ਬਾਬਾ ਦੀਪ ਸਿੰਘ ਜੀ ਦਾ ਸ਼ਹੀਦ ਕੰਚ ਹੈ। ਕੁਛ ਖਾਲਸੇ ਅੱਗੇ ਵਧੇ, ਜੋ ਥੋੜ੍ਹੀ ਬਹੁਤੀ ਫੌਜ ਹਰਿਮੰਦਰ ਸਾਹਿਬ ਦੇ ਅੰਦਰ ਮੁਸਲਮਾਨੀ ਸੀ, ਕੁਛ ਮਾਰੀ ਗਈ, ਕੁਛ ਫਿਰ ਛੱਡ ਕੇ ਨੱਸ ਗਏ। ਬਾਬਾ ਦੀਪ ਸਿੰਘ ਨੇ ਕਿਹਾ ਕੱਲ੍ਹ ਬਸ ਭਾਈ ਖਾਲਸਾ ਜੀ, ਹੁਣ ਅਸੀਂ ਆਪਣੀ ਪਰਾਹ 'ਤੇ ਪਹੁੰਚ ਗਏ ਹਾਂ, ਕਿਉਂਕਿ ਘਰ ਦੀ ਰਾਖੀ ਘਰ ਦੇ ਦਰਵਾਜ਼ੇ 'ਤੇ ਖਲੋ ਕੇ ਕਰਨੀ ਪੈਗੀ, ਪਿੱਛੇ ਜਾ ਕੇ ਨਹੀਂ। ਇਹੀ ਅਰਦਾਸ ਸੀ ਨਾ, ਮੈਂ ਤਰ੍ਹਾਂ ਚੜਾਵਾ ਸੀ ਤਾਂ ਅੰਮ੍ਰਿਤਸਰ ਜਾ ਕੇ, ਅੰਮ੍ਰਿਤਸਰ ਪਹੁੰਚ ਗਏ ਹਨ, ਹੁਣ ਜਿੱਤ ਸਾਡੀ ਹੈ। ਅੰਗਰੇਜ਼ੀ 'ਚ ਇੱਕ ਸ਼ਬਦ ਹੈ ਲੈਜੈਂਡ, ਇਤਿਹਾਸ ਦੇ ਨਾਲ ਨਾਲ ਕੁਝ ਰਵਾਇਤਾਂ ਚੱਲ ਪੈਂਦੀਆਂ ਨੇ, ਕਹਾਣੀਆਂ ਚੱਲ ਪੈਂਦੀਆਂ ਨੇ, ਪ੍ਰਚਲਿਤ ਹੋ ਜਾਂਦੀਆਂ ਨੇ, ਅੰਧ ਵਿਸ਼ਵਾਸੀਆਂ ਵਾਸਤੇ ਉਹ ਬੜਾ ਸਹਾਰਾ ਬਣ ਜਾਂਦੀਆਂ। ਛੋਟੇ ਹੁੰਦਿਆਂ ਸੁਣਦੇ ਆਏ ਜੱਬੇ ਦੇ ਕੋਲ, ਜਿੱਥੇ ਐਨ ਸੜਕ ਦੇ ਵਿੱਚ ਸ਼ਹੀਦ ਗੰਜ ਹੈ, ਬਾਬਾ ਜੀ ਦਾ ਸੀਤ ਇੱਥੇ ਉਤਰਿਆ ਔਰ ਸੱਕੜਾ ਤੜ ਤਲੀ ਦੇ ਸਿਰ ਰੱਖ ਕੇ ਲੜਦਾ ਲੜਦਾ ਅੰਮ੍ਰਿਤਸਰ ਪਹੁੰਚੇ। ਅੱਜ ਕੱਲ੍ਹ ਕਹਿੰਦੇ ਨਹੀਂ, ਉਹ ਤਾਂ ਬਾਬਾ ਨਵ ਸਿੰਘ ਜੀ ਦਾ ਸਥਾਨ ਹੈ, ਇੱਥੇ ਉਹ ਸ਼ਹੀਦ ਹੋਏ ਸਨ। ਉੱਥੋਂ ਅੰਮ੍ਰਿਤਸਰ ਨੂੰ ਤੁਰੀਏ ਅਤੇ ਚਾਰ ਪੰਜ ਪੈਰੀਆਂ ਅੱਗੇ ਜਾ ਕੇ ਖੱਬੇ ਸੜਕ ਤੋਂ ਕੋਈ 200 ਗਜ਼ ਦੇ ਫਾਸਲੇ 'ਤੇ ਇੱਕ ਝੰਡਾ ਕੱਢਿਆ ਨਜ਼ਰ ਆਉਂਦਾ। ਹੁਣ ਕੁਛ ਸੱਜਣ ਕਹਿਣ ਲੱਗ ਪਏ ਨੇ ਕਿ ਬਾਬਾ ਦੀਪ ਸਿੰਘ ਜੀ ਇੱਥੇ ਸ਼ਹੀਦ ਹੋਏ ਹਨ। ਪਰ ਮੇਰੀ ਰਾਏ ਹੈ ਬਾਬਾ ਦੀਪ ਸਿੰਘ ਜੀ ਉੱਥੇ ਸ਼ਹੀਦ ਹੋਏ ਹਨ, ਕਿੱਥੇ ਇਸ ਵੇਲੇ ਚਾਟੀਮਲੀ ਦੇ ਦਰਵਾਜ਼ੇ ਵਿੱਚ ਉਹਨਾਂ ਦਾ ਆਪਣਾ ਸ਼ਹੀਦ ਗੰਜ ਹੈ। ਹੁਣ ਸ਼ਹਾਨ ਖਾਨ ਫਿਰ ਦੁਬਾਰਾ ਹਰਿਮੰਦਰ ਸਾਹਿਬ 'ਤੇ ਕਬਜ਼ਾ ਕਰਨਾ ਚਾਹੁੰਦਾ ਤਾਂ ਚੌਥੀ ਦੇ ਜਨਰਲ ਬਹੁਤ ਸਾਰੇ ਮਾਰੇ ਗਏ। ਜਮਾਲ ਖਾਂ ਜਾਂ ਅਮਾਨ ਖਾਂ ਦੋ ਨਾਂ ਇਸ ਦੇ ਇਤਿਹਾਸ ਵਿੱਚ ਮਿਲਦੇ ਹਨ। ਬੜਾ ਜ਼ਬਰਦਸਤ ਜਵਾਨ ਹੈ, ਮੰਗਾਰਿਆ ਹੈ ਜਹਾਨ ਖਾਨ ਨੇ, ਅੱਗੇ ਵਧੋ ਦੀਪ ਸਿੰਘ ਦਾ ਟਾਕਰਾ ਕਰੋ। ਤਾਂ ਲਲਕਾਰਾ ਸੁਣ ਕੇ ਅੱਗੇ ਵਧਿਆ ਜਹਾਨ ਖਾਨ, ਅਰਦੇ ਵੇਖੇ ਪੂਨੀ ਕਾਰੇ ਜਦੋਂ ਜਹਾਨ ਖਾਨ ਉਤੋਂ ਵੇਖ ਨਾ ਗਏ ਸਹਾਰੇ ਸਾਥੀ ਤੜਪਦੇ, ਉਹ ਸਾਹਮਣੇ ਆ ਲਲਕਾਰੇ ਬਾਬਾ ਸਾਹਿਬ ਨੂੰ, ਉਹ ਐਲੀ ਅਲੀ ਪੁਕਾਰੇ ਬਾਗ ਗਾਜ਼ੀ ਦੀਨ ਦਾ, ਉਹਦੇ ਨੈਣ ਪਕੜ ਅੰਗਿਆਰੇ ਸੁੱਟਣ ਰੱਦ ਪਏ, ਉਹ ਤੜਪੇ ਵਾਂਗੂ ਪਾਰੇ ਭਰਿਆ ਜੋਸ਼ ਦਾ, ਉਹ ਚੜਿਆ ਲੋਚੇ ਖਾਰੇ ਬਰਫੁਲ ਮੌਤ ਦੇ, ਉਹ ਰਣਜੀਤ ਖਲਾ ਸੰਗਾਰੇ ਆਪਣੀ ਅਜਲ ਨੂੰ, ਕਹਿ ਸਿੰਘਾ ਕਰ ਲੈ ਚਾਰੇ ਤੁਰਦਰਗਾਹ ਦੇ, ਤੂੰ ਇੰਨੇ ਕਹਿਰ ਗੁਜ਼ਾਰੇ ਮੇਰੇ ਵੇਂਦਿਆਂ, ਮੈਂ ਬਦਲੇ ਲੈ ਲਾ ਸਾਰੇ ਤੈਨੂੰ ਮਾਰ ਕੇ। ਸੁਣ ਕੇ ਲਲਕਾਰਾ ਬਾਬਾ ਦੀਪ ਸਿੰਘ ਜੀ ਮਾਰ ਕੇ ਚਕਾਰੇ ਨਕਾਰੇ ਦੇ ਚੋਟ, ਇੱਕ ਉਹਦਾ ਜਵਾਬ ਦੇ ਰਹੇ ਨੇ ਕਿਵੇਂ ਬਸ।
Yeah!
ਅਰਦੇ ਪਿੜਤ ਕੇ ਲੱਗੇ ਸੂਰਮੇ ਹੱਥ ਸ਼ਸਤਰ ਫੜ ਕੇ ਬਦਲਣ ਸਾਵੇਂ ਪੈਂਤੜੇ ਸੱਟ ਮਾਰਨ ਖੜ ਕੇ ਬਾਲ ਬਚਾ ਕੇ ਮਾਰਦੇ ਦਾ ਕੱਢਣ ਅੜ ਕੇ ਦੇਗਾਂ ਲਾਟਾ ਬਲਦੀਆਂ ਫੁੱਲ ਡਿੱਗਦੇ ਚੜ ਕੇ ਲੱਥੇ ਸਾਂਝੇ ਵਾਰ ਨਾਲ ਸਿਰ ਦੋਵੇਂ ਲੜਕੇ ਡਿੱਗੇ ਸ਼ਹੀਦੀ ਸ਼ਮਾਂ 'ਤੇ ਦੋ ਬੰਬਟ ਛੜਕੇ ਦੋਵੇਂ ਮਰਦ ਬਰਾਬਰ ਦਾ ਜੋੜ ਸ਼ਹੀਦੀ ਪਾ ਗਏ ਔਰ ਬਾਬਾ ਦੀਪ ਸਿੰਘ ਜੀ ਮਰੋਂ ਤੋਂ ਹਰ ਕੇ ਤੁਹਾਰ ਆਪਣਾ ਪ੍ਰਣ ਪੂਰਾ ਨਿਭਾ ਗਏ।